ਜੀ ਇਨਸ਼ਾਅੱਲਾ ਤੁਹਾਨੂੰ ਬਾਰਡਰ ਦੇ ਨਵੇਂ ਸੀਨ ਵਿਖਾਵਾਂਗੇ। ਸਾਹਮਣੇ ਜਿਹੜਾ ਪਿੰਡ ਤੁਹਾਨੂੰ ਨਜ਼ਰ ਆ ਰਿਹਾ, ਇਸ ਪਿੰਡ ਦਾ ਨਾਂ ਹੈ ਸੁੰਦਰਪੁਰਾ, ਜਿਹੜਾ ਕਿ ਬਿਲਕੁਲ ਇੰਡੀਆ ਦੀ ਜ਼ੀਰੋ ਲਾਈਨ ਦੇ ਨਜ਼ਦੀਕ ਪੈ ਜਾਂਦਾ। ਸਾਹਮਣੇ ਵੇਖ ਸਕਦੇ ਨੇ ਪਿੰਡ ਦੇ ਸਾਹਮਣੇ ਗੇਟ ਲੱਗਿਆ ਹੋਇਆ ਬਲੈਕ ਕਲਰ ਦਾ। ਹੈਲੋ ਜੀ, ਅਸਲਾਮ ਅਲੈਕੁਮ ਨਾਜ਼ਰੀਨ, ਕੀ ਹਾਲ ਚਾਲ ਨੇ? ਉਮੀਦ ਕਰਨੇ ਆ ਕਿ ਸਰ ਬਰਾ ਠੀਕ ਹੋ ਸਨ, ਅਤੇ ਮੈਂ ਜਬਦੁਲ ਕਦੀਰ, ਤੁਸੀਂ ਵੇਖਦੇ ਪੈਣ ਸਾਡੇ ਯੂਟਿਊਬ ਚੈਨਲ ਜੇ ਟੂ ਵਲੌਗ। ਨਾਜ਼ਰੀਨ, ਅੱਜ ਫਿਰ ਇੱਕ ਨਵਾਂ ਅਤੇ ਜ਼ਬਰਦਸਤ ਵਲੌਗ ਲੈ ਕੇ ਹਾਜ਼ਰ ਹੋ ਗਿਆ ਹਾਂ, ਅਤੇ ਮੈਂ ਅੱਜ ਫਿਰ ਜਾ ਰਿਹਾ ਹਾਂ, ਜਿਵੇਂ ਕਿ ਕੱਲ੍ਹ ਵੀ ਪਰਸੋਂ ਵੀ ਤੁਸੀਂ ਵੇਖਿਆ ਹੋਣਾ ਹੈ ਪਿਛਲੇ ਵਲੌਗਾਂ ਦੇ ਵਿੱਚ ਵੀ, ਮੈਂ ਮਿੰਚਨਾਬਾਦ ਆਇਆ ਸੀ, ਬਾਈ ਬਸ਼ਾਰਤ ਹੋਰੀ ਆਏ ਹੋਏ ਸੀ ਆਰਫ ਵਾਲੇ ਤੋਂ, ਅਤੇ ਅੱਜ ਫਿਰ ਮੈਂ ਜਾ ਰਿਹਾ ਹਾਂ ਮਿੰਚਨਾਬਾਦ ਬਹਾਵਲ ਨਗਰ ਤੋਂ, ਅਤੇ ਮੈਂ ਸਾਦਕੀ ਨਹਿਰ ਦੇ ਉੱਤੇ ਮੌਜੂਦ ਹੈਗਾ ਇਸ ਟਾਈਮ, ਅਤੇ ਇਨਸ਼ਾਅੱਲਾ ਅੱਜ ਦਾ ਵੀ ਜਿਹੜਾ ਵਲੌਗ ਹੈਗਾ ਇਹ ਸਾਡਾ ਪੂਰਾ ਬਾਰਡਰ ਦਾ ਹੋਣ ਵਾਲਾ ਹੈ। ਬਾਈ ਬਸ਼ਾਰਤ ਹੋਰੀ ਵੀ ਨਾਲ ਹੋ ਸਨ, ਅਤੇ ਮੌਲਵੀ ਸਾਹਿਬ ਵੀ ਨਾਲ ਹੋ ਸਨ, ਅਤੇ ਲਿਆਕਤ ਬਾਈ ਵੀ, ਅਤੇ ਦੋ ਮਹਿਮਾਨ ਹੋਰ ਆਏ ਹੋਏ ਨੇ ਆਰਫ ਵਾਲੇ ਤੋਂ, ਉਹ ਵੀ ਨਾਲ ਹੋ ਸਨ, ਅਤੇ ਅੱਜ ਦਾ ਜਿਹੜਾ ਜ਼ਬਰਦਸਤ ਵਲੌਗ ਉਸ ਇਨਸ਼ਾਅੱਲਾ ਟੋਟਲ ਬਾਰਡਰ ਦਾ, ਅਸੀਂ ਸਾਡੇ ਨਾਲ ਜੁੜੇ ਰਹੇ ਇਨਸ਼ਾਅੱਲਾ। ਅੱਜ ਬਹੁਤ ਇੰਜੋਏ ਕਰਨ ਨੂੰ ਤੁਹਾਨੂੰ ਜਿਹੜਾ ਨਾ ਮਿਲ ਸੀ ਪਿਆ ਇਸ ਵੀਡੀਓ ਦੇ ਵਿੱਚ। ਅੱਛਾ ਯਾਰ, ਸਾਦਕੀ ਨਹਿਰ ਦੇ ਉੱਤੇ ਕਾਫੀ ਦੇਰ ਸਫ਼ਰ ਕਰਨ ਤੋਂ ਬਾਅਦ ਮੈਂ ਤਕਰੀਬਨ ਮੁੰਨੀਆਂ ਦੀ ਪੁਲ ਵੀ ਅੱਗੇ ਲੰਘ ਆਇਆ ਹਾਂ, 2 ਤੋਂ 3 ਕਿਲੋਮੀਟਰ ਪਿੱਛੇ ਰਹਿ ਗਈ ਹੈ, ਠੀਕ ਹੋ ਗਿਆ। ਉੱਥੋਂ ਮੈਂ ਅੱਗੇ ਲੰਘ ਗਿਆ, ਤਕਰੀਬਨ ਮੈਂ ਸੁਖ ਆਨੰਦ ਵਾਲੀ ਪੁਲ ਦੇ ਸਾਹਮਣੇ ਆਇਆ ਖੜ੍ਹਾ ਹਾਂ, ਥੋੜ੍ਹੀ ਜਿਹੀ ਦੂਰੀ 'ਤੇ ਹੈਗੀ ਹੈ, ਅਤੇ ਬਾਈ ਬਸ਼ਾਰਤ ਹੋਰੀ ਵੀ ਉੱਥੇ ਪਹੁੰਚ ਰਹੇ ਨੇ, ਅਤੇ ਇਨਸ਼ਾਅੱਲਾ ਤੁਹਾਨੂੰ ਮਿਲਵਾਉਣੇ ਉਹਨਾਂ ਨਾਲ ਵੀ, ਅਤੇ ਫਿਰ ਚੱਲਣੇ ਅੱਗੇ ਸਾਰੇ ਬਰਾ ਮਿਲ ਕੇ, ਜਿਹੜਾ ਨਾ ਸਾਡੇ ਜਿਹੜੇ ਉਧਰੋਂ ਆਏ ਹੋਏ ਨੇ ਦੋਸਤ ਆਏ ਹੋਏ ਨੇ ਆਰਫ ਵਾਲੇ 'ਚ, ਮਿਲ ਕੇ ਚੱਲਣੇ ਅੱਗੇ ਬਾਰਡਰ 'ਤੇ। ਅੱਜ ਦਾ ਬੜਾ ਜ਼ਬਰਦਸਤ ਵਲੌਗ ਹੋਣ ਵਾਲਾ ਇਹ, ਬਸ ਸਾਡੇ ਨਾਲ ਜੁੜੇ ਰਹੇ ਜੇ, ਅਤੇ ਤੁਸੀਂ ਉਦੋਂ ਤੱਕ ਜਿਹੜਾ ਨਾ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਯਾਰ, ਬੜੀ ਮਿਹਨਤ ਹੁੰਦੀ ਹੈ। ਤੁਹਾਨੂੰ ਮੈਂ ਯਾਰ ਇੱਕ ਹੋਰ ਗੱਲ ਦੱਸ ਦੇਵਾਂ, ਤੁਸੀਂ ਆਖਸੋ ਯਾਰ ਰੋਜ਼ ਮੈਨੂੰ ਇਹ ਗੱਲਾਂ ਦੱਸੀ ਰੱਖਦਾ ਇਹ, ਕੱਲ੍ਹ ਫਿਰ ਮੇਰਾ ਮੋਟਰਸਾਈਕਲ ਲੱਗ ਗਿਆ ਇਹ ਰਾਤ ਨੂੰ ਜਦੋਂ ਮੈਂ ਵਾਪਸ ਜਾ ਰਿਹਾ ਸੀ ਨਾ ਇੱਥੋਂ ਮਿੰਚਨਾਬਾਦੋਂ, ਅਤੇ ਬੜੀ ਗੰਦੇ ਤਰੀਕੇ ਲੱਗਿਆ ਇਹ, ਪਰ ਅੱਲਾਹ ਦਾ ਸ਼ੁਕਰ ਹੈ ਇਤਨਾ ਕੁਛ ਸੱਟ ਸੁੱਟ ਨਹੀਂ ਲੱਗੀ ਹੈਗੀ, ਇਹ ਮੋਟਰਸਾਈਕਲ ਦਾ ਵੀ ਜ਼ਿਆਦਾ ਨੁਕਸਾਨ ਨਹੀਂ ਹੋਇਆ ਇਹ, ਇਹ ਵੇਖ ਸਕਦੇ ਨੇ ਇਹ, ਫਿਰ ਮੈਂ ਐਵੇਂ ਉੱਥੋਂ ਪਿੰਡੂ ਕਰਵਾਇਆ ਸਹੀ, ਲੇਕਿਨ ਸਹੀ ਤਰੀਕੇ ਹੋਇਆ ਨਹੀਂ ਹੈ, ਅਤੇ ਬਾਕੀ ਅੱਲਾਹ ਪਾਕ ਨੇ ਬਚਾਇਆ ਇਹ, ਬਾਕੀ ਤੁਸੀਂ ਸਾਰੇ ਵਿਆਹ ਦੁਆ ਕੀਤੀ ਕਰੋ, ਬਾਕੀ ਹੋਰ ਕੋਈ ਨੁਕਸਾਨ ਨਹੀਂ ਹੋਇਆ, ਅੱਲਾਹ ਪਾਕ ਦਾ ਸ਼ੁਕਰ ਹੈ ਮੋਟਰਸਾਈਕਲ ਬਚ ਗਿਆ ਇਹ, ਅਤੇ ਬਾਕੀ ਜਿਹੜਾ ਨਾ ਅੱਗੇ ਸਫ਼ਰ ਨੂੰ ਆਪਣੇ ਰਵਾਨਾ ਹੁੰਦੇ ਹੈ, ਅਤੇ ਇਨਸ਼ਾਅੱਲਾ ਬਾਈ ਬਸ਼ਾਰਤ ਤੋਰੀ ਵੀ ਪਹੁੰਚੇ ਖੜ੍ਹੇ ਹਨ ਤਕਰੀਬਨ, ਅਤੇ ਚੱਲ ਕੇ ਤੁਹਾਨੂੰ ਉਹਨਾਂ ਨਾਲ ਵੀ ਮਿਲਵਾਉਣੇ ਹੈ, ਅਤੇ ਅੱਜ ਸਾਰੇ ਅਸੀਂ ਮਿਲ ਕੇ ਤਾਂ ਅੱਗੇ ਫਿਰ ਇੱਕ ਦਫ਼ਾ ਫਿਰ ਅੱਜ ਬਾਰਡਰ 'ਤੇ ਚੱਲੇ ਹੈ, ਬਸ ਸਾਡੇ ਨਾਲ ਜੁੜੇ ਰਹੇ ਹੈ ਯਾਰ, ਬੜੀ ਮਿਹਨਤ ਹੁੰਦੀ ਹੈ ਤੁਹਾਡੇ ਭਰਾਵਾਂ ਵਾਸਤੇ, ਦੂਰ ਦੂਰ ਤੱਕ ਆਵੀਂਦਾ ਹੈ, ਅਤੇ ਯਾਰ ਨਾਲ ਸਪੋਰਟ ਕੀਤੀ ਕਰੋ ਯਾਰ, ਨਵੇਂ ਯੂਟਿਊਬ 'ਤੇ ਆਏ ਹਾਂ, ਸਾਨੂੰ ਵੀ ਉਹ ਤਾਂ ਲੈ ਚੱਲੋ ਜੀ। ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਪਹੁੰਚੇ ਨੇ ਮਿੰਜਰਾਬਾਦ ਵਾਲੇ ਵੇਲੀ, ਮੈਨੂੰ ਤਾਂ ਕੋਈ ਅੱਧਾ ਘੰਟਾ ਹੋ ਗਿਆ ਇੱਥੇ ਬੈਠੇ ਨੂੰ, ਆਓ ਜੀ ਮਾਸ਼ਾਅੱਲਾ, ਕੀ ਹਾਲ ਨੇ ਜੀ, ਖੈਰੀਅਤ ਤੇ, ਕੀ ਹਾਲ ਨੇ ਜੀ, ਖੈਰੀਅਤ ਤੇ, ਕੀ ਹਾਲ ਨੇ ਬਾਈ, ਖੈਰੀਅਤ ਤੇ, ਮਾਸ਼ਾਅੱਲਾ ਪਹੁੰਚਿਆ ਨੇ, ਖੈਰੀ ਖੈਰੀ ਚਲੀਏ, ਹੁਣ ਟਾਈਮ ਨਾ ਜ਼ਾਇਆ ਕਰੀਏ, ਮੇਰੇ ਖਿਆਲ ਨਾਲ ਦੋਸਤ ਇੰਤਜ਼ਾਰ ਕਰ ਰਹੇ ਹੋ ਉਸ ਨੇ ਬਾਰਡਰ ਦੀ ਵੀਡੀਓ ਵੇਖਣ ਨੂੰ, ਐਵੇਂ ਨਾ ਐਵੇਂ ਨੰਬਰਦਾਰ ਸਾਹਿਬ, ਬਿਲਕੁਲ ਬਿਲਕੁਲ, ਹਾਂ ਲਓ ਜੀ ਬੰਦਿਆਂ ਨੂੰ ਲੱਗ ਗਏ, ਲਓ ਜੀ ਪੁਲ ਲੰਘਣ ਲੱਗੇ ਹੈ, ਅੱਗੇ ਜਾ ਰਹੇ ਹਾਂ ਬਾਰਡਰ 'ਤੇ, ਵਾਹ ਜੀ ਵਾਹ ਉਸਤਾਦ ਜੀ, ਲਓ ਨਾਜ਼ਰੀਨ ਪਹੁੰਚੇ ਖੜੇ ਹਾਂ ਤਕਰੀਬਨ ਅਸੀਂ ਬਾਰਡਰ ਦੇ ਨਜ਼ਦੀਕ, ਚੱਲੇ ਹਾਂ ਅੱਗੇ, ਰਸਤਾ ਤਕਰੀਬਨ ਕੱਲ ਜਿੰਨਾ ਹੀ ਹੈ, ਮੈਨੂੰ ਲੱਗਦਾ ਮੌਲਵੀ ਸਾਹਿਬ ਹੋਰੀ ਡਿੱਗ ਪਏ ਸੀ ਪਰ ਬਚ ਗਏ ਨੇ, ਖਾਲੀ ਹੈਗੀ ਸੀ, ਪਤਾ ਨਹੀਂ ਕੀ ਸੀਨ ਬਣ ਗਿਆ ਨੇ, ਕੀ ਹੋਇਆ ਮੈਨੂੰ ਲੱਗਦਾ ਹੁਣ ਆਪਣੀ ਵਾਰੀ ਹੈ, ਮੈਂ ਤਾਂ ਅੱਗਾ ਉਹ ਡਿੱਗੇ ਨੇ ਪਰ ਅਸੀਂ ਵੀ ਡਿੱਗਾਂਗੇ, ਕੋਈ ਵੀ ਨਹੀਂ ਆਇਆ,
ਇਸ ਰਸਤੇ ਤੇ ਨਵਾਂ ਰਸਤਾ ਨਵਾਂ ਵੇਵਰਾਂ ਵਾਸਤੇ ਨਵੇਂ ਖਪੇ ਕਰਦੇ ਫਿਰਨੇ ਮਿਹਨਤਾਂ ਸਹੀ ਗੱਲ ਜ਼ੋਰ ਗੱਡੀਆਂ ਦੇ ਲੱਗਦੇ ਨਵੇਂ ਪੈਂਚ ਹਾਂ 25 ਮਾਡਲ ਗੱਡੀ ਹੈ ਸਾਲ ਦੇ ਵਿੱਚ ਗੱਡੀ ਤਬਾਹ ਹੋ ਜਾਂਦੀ ਹੈ ਯਾਰੀ ਵੇਵਰਾਂ ਮਗਰ ਬਾਅਦ ਚ ਪਾਈ ਤੇ ਨਿਕਲੇ ਖਰਾਬ ਜਾਂਦੇ ਵੇਵਰ ਵੇਰੀ ਨਹੀਂ ਹੱਥ ਪਕੜਾ ਦੇ ਫਿਰ ਵੀ ਐਂ ਕਰਨ ਲੱਗ ਗਿਆ ਪੀੜ ਅੰਗੂਠਾ ਪੀੜ ਹੁੰਦਾ ਐਂ ਟੱਚ ਕੀਤਾ ਚੱਲ ਪਿਆ ਇਹਨਾਂ ਨੂੰ ਖਰਚਾ ਮੇਰੇ ਤੋਂ ਲੈ ਲਵਾ ਮੇਰਾ ਖਰਚਾ ਮੈਂ ਦੇਵਾਂਗਾ ਬਿੱਲ ਮੈਂ ਭਰਾਂਗਾ ਜਿਹੜਾ ਤੁਹਾਨੂੰ ਆਵੇ ਐਂ ਅੰਗੂਠਾ ਲਾਵਣ ਲੱਗ ਕੁਛ ਨਹੀਂ ਹੁੰਦਾ ਹਾਂ ਸਹੀ ਗੱਲ ਹੈ ਚਲੋ ਜੀ ਬਰਾਏ ਮਿਹਰਬਾਨੀ ਹੋ ਸੀ ਵੇਖ ਲਓ ਕਿਤਨੀ ਮਿਹਨਤ ਹੁੰਦੀ ਹੈ ਭਾਈ ਲਿਆਕਤ ਹੋਰ ਆਖ ਰਿਹਾ ਸੀ ਅੱਛਾ ਨਾ ਯਾਰ ਭਾਈ ਲਿਆਕਤ ਆਖ ਰਿਹਾ ਸੀ ਕਿ ਸਕੂਟਰਾਂ ਦਾ ਜ਼ੋਰ ਲੱਗਦਾ ਨਵੇਂ ਮੋਟਰਸਾਈਕਲ ਹੈਗੇ ਨੇ ਅਸੀਂ ਕਿਵੇਂ ਦੂਰ ਦੂਰ ਜਾ ਤੇ ਵੀਡੀਓ ਬਣਾਉਣੇ ਹੈ ਤੁਹਾਡੇ ਵੀਵਰਾਂ ਵਾਸਤੇ ਗਰਮੀ ਵੇਖ ਲੋ ਤੁਸੀਂ ਕਿਵੇਂ ਪੈਂਦੀ ਪਈ ਸੱਪ ਸੁੱਪ ਤੇ ਕੀੜੇ ਪਾਣੀ ਕਿੱਥੇ ਪੀਂਦੇ ਨੇ ਮਰ ਜਾਂਦੇ ਨੇ ਬਸ ਜੀ ਅੱਲਾ ਦੀ ਮਖਲੂਕ ਹੈਗੀ ਹੈ ਪੱਥਰ ਚ ਵੀ ਰੱਬ ਰੋਜੀ ਦੇ ਬਿਲਕੁਲ ਜੀ ਪੱਥਰ ਦੇ ਵਿੱਚ ਕੀੜੇ ਅੱਛਾ ਯਾਰ ਇਹ ਜਿਹੜੀਆਂ ਬੇਰੀਆਂ ਜਿਹੜੀਆਂ ਹੈਗੀਆਂ ਨੇ ਚੋਲਿਸਤਾਨ ਦੇ ਵਿੱਚ ਇਹਨਾਂ ਤੇ ਜਿੰਨ ਜੁਨ ਵੀ ਹੁੰਦੇ ਨੇ ਨਾ ਵੇਖਾ ਜੋ ਇਹਨਾਂ ਕੋ ਚਿਪਕ ਜਾਵੇ ਚਲੋ ਜਿੰਨੇ ਨਹੀਂ ਤੇ ਚਿਪਕਿਆ ਤੇ ਵੱਖਰੀ ਗੱਲ ਖੈਰ ਚਲੋ ਕਿਉਂ ਭਾਈ ਜਿੰਨੇ ਵੀ ਚੀਕਾਂ ਕਟਾ ਦੇ ਸੀ ਹੈ ਜਿੰਨੇ ਵੀ ਚੀਕਾਂ ਕਟਾ ਦੇ ਸੀ ਜਿੰਮੜ ਗਏ ਹਾਂਜੀ ਪਹੁੰਚ ਆਏ ਨੇ ਮੈਨੂੰ ਲੱਗਦਾ ਕੱਲ ਵਾਲਾ ਮਾਹੌਲ ਬਣਦਾ ਪਈ ਹੈ ਜਿਹੜਾ ਆਪਣੇ ਨਾਲ ਇਵੇਂ ਗੱਲ ਇਹਨਾਂ ਟਿੱਬੇ ਬੜੇ ਹੈਗੇ ਨੇ ਸਿਰਫ ਅੱਜ ਸਾਡੇ ਨਾਲ ਇੱਕ ਆ ਬੰਦਾ ਨਵਾਂ ਹੈਗਾ ਇਹ ਇਵੇਂ ਗੱਲ ਇਹਨਾਂ ਬਾਕੀ ਸਾਰੇ ਪੁਰਾਣੇ ਹੈਗੇ ਨੇ ਪ੍ਰੋਗਰਾਮ ਸ਼ੁਰੂ ਕਰਨਾ ਹੈ ਕਿ ਰੱਸੀਆਂ ਜਾਲ ਦੀਆਂ ਰੀਸਾ ਨਹੀਂ ਕੋ ਕਰ ਸਕਦਾ ਜੇਡੂ ਤੇਰੇ ਜੇ ਯਾਰ ਆਏ ਓਏ ਚਾਸ ਕਰਾ ਲਈਆਂ ਸ਼ਾਰਾਤਾ ਬਾਰਡਰ ਤਾਂ ਬਾਰਡਰ ਹੈ ਪਰ ਘੱਟੇ ਦੀਆਂ ਕੀ ਬਾਤ ਵਾਹ ਵਾਹ ਜੀ ਸ਼ਾਰਾਤਾ ਜੇਡੂ ਤਾਂ ਜੇਡੂ ਹੈ ਬਸ਼ਾਰਤ ਦੀਆਂ ਕੀ ਬਾਤ ਵਾਹ ਜੀ ਵਾਹ ਜੀ ਨਾ ਘਬਰਾ ਬਾਬੂ ਨਾ ਘਬਰਾ ਬਸ਼ਾਰਤ ਨਜ਼ਦੀਕ ਹੈ ਕਿਨਾਰਾ ਡੂਬਤੇ ਨਹੀਂ ਵੋ ਜਿਨ ਕਾ ਅੱਲਾ ਰਸੂਲ ਹੈ ਸਹਾਰਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਚਾਸ ਕਰਾ ਦਿੱਤੀ ਕਾਰੀ ਸਾਹਿਬ ਨੇ ਚਾਸ ਕਰਾ ਦਿੱਤੀ ਐਵੇਂ ਗੱਲ ਹੈ ਜੀ ਚਾਸ ਕਰਾ ਦਿੱਤੀ ਕਾਰੀ ਸਾਹਿਬ ਨੇ ਹੁਣ ਜੇ ਇਸ ਤੋਂ ਅੱਗੇ ਅਸੀਂ ਇਹਨਾਂ ਬਾਰਡਰ ਦੇ ਨਜ਼ਦੀਕ ਬਿਲਕੁਲ ਪਹੁੰਚੇ ਪਿੱਪਲ ਦੇ ਇਨਸ਼ਾਅੱਲਾ ਆਪਾਂ ਖੜ ਖੜ ਲਾਈ ਹੈ ਚੁੱਪ ਯਾਰ ਚੁੱਪ ਪਿੱਪਲ ਦੇ ਪੱਤਰਾ ਕਿਉਂ ਖੜ ਖੜ ਲਾਈ ਹੈ ਦੂਏ ਬਲੌਕ ਵਾਲਿਆਂ ਦੀ ਰੁੱਤ ਗਈ ਹੈ ਤੇ ਬੀਐਮ ਬਲੌਕ ਵਾਲਿਆਂ ਦੀ ਰੁੱਤ ਆਈ ਹੈ ਜੀ ਆਏ ਵੇਖ ਕੇ ਅੱਜ ਇਹਨੇ ਨਾ ਡਰਾ ਦੇ ਵੀ ਜਿਹੜੇ ਇਹਦੇ ਤੇ ਕਮਾਲ ਕੀਤੀ ਚੜਾਈ ਹੈ ਬੀਐਮ ਬਲੌਕ ਜੇਡੂ ਬਲੌਕ ਨੂੰ ਵੀ ਲੈ ਕੇ ਅੱਗੇ ਚੱਲੋ ਸਰਕਾਰ ਬੜੀਆਂ ਮਿਹਨਤਾਂ ਕਰ ਰਹੇ ਬੜੀ ਗਰਮੀ ਹੈਗੀ ਹੈ ਤੇ ਮਿਹਰਬਾਨੀ ਕਰੋ ਤੇ ਬਾਈ ਹੋਰਾਂ ਦਾ ਬੜਾ ਸਾਡੇ ਨਾਲ ਪਿਆਰ ਹੈਗਾ ਅਸੀਂ ਇਹਨਾਂ ਦੇ ਨਾਲ ਨਾਲ ਚੱਲ ਰਹੇ ਬਸ ਥੋੜਾ ਫੈਸਲਾ ਸਾਡਾ ਕੋ 30 ਕਿਲੋਮੀਟਰ ਦਾ ਹੈ ਨਹੀਂ ਤਾਂ ਰੋਜ਼ਾਨਾ ਹੀ ਹਰ ਵਲੌਗ ਚ ਆਈ ਆ ਨਹੀਂ ਜੀ ਨਹੀਂ ਭਾਵੇਂ ਫਾਸਲਾ ਹੈਗਾ ਆਪਾਂ ਜਿਹੜਾ ਨਾ ਕੋਸ਼ਿਸ਼ ਕਰੀਏ ਤੇ ਆਪਾਂ ਇਕੱਠੇ ਹੋ ਜਾਂਦੇ ਆ ਬਿਲਕੁਲ ਜੀ ਹੁਣ ਵੇਖੋ ਕੱਲ ਵੀ ਹੋਏ ਆ ਤੇ ਅੱਜ ਵੀ ਹੋ ਗਏ ਬਿਲਕੁਲ ਜੀ ਬਾਈ ਬਿਸ਼ਾਰਤ ਲੇਟ ਆਉਂਦਾ ਬਸ ਜੇ ਇਹਨਾਂ ਮੋੜ ਇਹ ਯਾਰ ਇੱਕ ਤਾਂ ਟੁਰਦਾ ਲੇਟ ਕਰ ਦਿੰਦਾ 12 ਵਜੇ ਆ ਦਿੰਦਾ ਪੂਰਾ ਦਿਨ ਹੋਵੇ ਨਾ ਵੀਵਰਾਂ ਵਾਸਤੇ ਚਲੋ ਕੋਈ ਵੀਡੀਓ ਵਾਹ ਵਾਹ ਚੰਗੀਆਂ ਬਣ ਜਾਵੇ ਦੂਰ ਦੂਰ ਜਾ ਤੇ ਹੁਣ ਆਪਾਂ ਵਾਲਾ ਜੀ ਬੜਾ ਮਿੰਤਾ ਨਾਲ ਮੰਗਾਇਆ ਜੀ ਅੱਛਾ ਲੋਕ ਸਾਨੂੰ ਆਖਦੇ ਸਨ ਪਤਾ ਨਹੀਂ ਰੁੱਸ ਗਿਆ ਤੁਹਾਡੇ ਨਾਲ ਨਿਕਲ ਗਿਆ ਤੁਹਾਡੇ ਤੋਂ ਅੱਛਾ ਅੱਛਾ ਸਾਨੂੰ ਉਹਨੇ ਲਿਆਵਣਗੇ ਮੈਂ ਕਿਹਾ ਨਹੀਂ ਸਾਨੂੰ ਨਹੀਂ ਛੱਡ ਸਕਦੇ ਸਹੀ ਗੱਲ ਹੈ ਨਹੀਂ ਨਹੀਂ ਅੱਛਾ ਹੁਣ ਤੁਸੀਂ ਦੱਸੋ ਜਿਆ ਬਾਈ ਅੱਜ ਜਨਾਬ ਬੜਾ ਵੀਆਈਪੀ ਵਲੌਗ ਕਮਨ ਵਾਲਾ ਅੱਜ ਇਨਸ਼ਾਅੱਲਾ ਤੁਹਾਨੂੰ ਬਾਰਡਰ ਦੇ ਨਵੇਂ ਸੀਨ ਵਿਖਾਵਾਂਗੇ ਬਿਸ਼ਰੀਆ ਕਾਵੜਾ ਤਾਂ ਦੇ ਅਸੀਂ ਦਿਲ ਦੀ ਹੁਣ ਸਾਰੀ ਬੜਾਸ ਕੱਢ ਦੇ ਠੀਕ ਹੈ ਅੱਛਾ ਤੇ ਹੁਣ ਹੋਰਨਾ ਬਾਅਦ ਆਪਾਂ ਕਦੋਂ ਜਾਣਾ ਠੂਟੀਆਂ ਵਾਲੀ ਪਿੰਡ ਵਾਸਤੇ ਉਹ ਇਨਸ਼ਾਅੱਲਾ ਸਵੇਰ ਜਾਂ ਪਰਸੋਂ ਤੱਕ ਹਾਂ
ਲਓ ਨਾਜ਼ਰੀਨ, ਜਿਹੜਾ ਤੁਸੀਂ ਪਿੰਡ ਬੜਾ ਵੇਖਿਆ ਸੀ ਨਾ, ਬੜਾ ਮਸ਼ਹੂਰ ਪਿੰਡ ਹੈਗਾ ਠੂਠਿਆਂ ਵਾਲੀ ਚੱਕ, ਉਰਨਾਬਾਦ ਨਾਲ ਪੈ ਜਾਂਦਾ ਡੂੰਘੇ ਦੇ ਅਗਲੀ ਸਾਈਡ ਤੇ, ਤੇ ਅਸੀਂ ਉਹਦੇ ਵਾਸਤੇ ਵੀ ਜਾਣਾ ਤਕਰੀਬਨ ਕੱਲ ਚਲੇ ਜਾਵੀਏ ਜਾਂ ਪਰਸੋਂ ਚਲੇ ਜਾਵੀਏ ਬਾਈ, ਬਿਸ਼ਾਰਾ ਤੁਰੀ ਆਏ ਹੋਏ ਚਾਰ ਪੰਜ ਦਿਨਾਂ ਵਾਸਤੇ ਇੱਥੇ ਆਏ ਹੋਏ ਨੇ ਮਿੰਚਰਾਬਾਦ, ਤੇ ਉਸ ਤੋਂ ਬਾਅਦ ਅੱਗੇ ਜਾਵਾਂਗੇ ਅਸੀਂ। ਕੱਲ ਦੋ ਦਿਨ ਹੋ ਗਏ ਸਾਨੂੰ ਇੱਥੇ ਮਿੰਚਰਾਬਾਦ ਫਿਰਦਿਆਂ ਨੂੰ, ਹੁਣ ਕੱਲ ਤੋਂ ਸ਼ਾਇਦ ਅਸੀਂ ਜਾ ਵੀ ਅੱਗੇ ਉਰਨਾਬਾਦ ਵਾਲੀ ਸਾਈਡ ਤੇ ਤੁਹਾਨੂੰ ਬਾਰਡਰ ਵਿਖਾਉਣ ਵਾਸਤੇ, ਤੇ ਅੱਜ ਸੁਲੇਮਾਨ ਕਿਤੇ ਵੀ ਜਾਣਾ ਇਨਸ਼ਾਲਾ, ਅੱਜ ਸ਼ਾਮ ਤਾਈਂ ਸ਼ਾਇਦ ਚਲੇ ਜਾਵੀਏ, ਨਹੀਂ ਤੇ ਸੁਬਾਹ ਜ਼ਰੂਰ ਜਾਸਾਂ। ਤੇ ਚਲੀਏ ਹੁਣ ਅੱਗੇ ਬਾਰਡਰ ਤੇ, ਚਲੋ ਅਸੀਂ ਪਹੁੰਚਣ ਵਾਲੇ ਹਾਂ ਬਿਲਕੁਲ, ਇੱਕ ਇੰਡੀਆ ਦਾ ਪਿੰਡ ਸਾਹਮਣੇ ਹੈਗਾ, ਹੁਣ ਦੇ ਸਾਹਮਣੇ ਬਿਲਕੁਲ ਪਹੁੰਚਣ ਵਾਲੇ ਹਾਂ, ਵੇਖ ਸਕਦੇ ਨੇ ਸਾਹਮਣੇ ਇੰਡੀਆ ਅਤੇ ਪਾਕਿਸਤਾਨ ਦਾ ਬਾਰਡਰ ਹੈਗਾ ਜਿਹੜਾ ਕਿ ਬਿਲਕੁਲ ਨਜ਼ਦੀਕ ਹੈਗਾ। ਸਾਹਮਣੇ ਤੁਹਾਨੂੰ ਨਾਲ ਤਾਰ ਨਜ਼ਰ ਆ ਰਹੀ ਹੋਣੀ ਹੈ ਜ਼ੀਰੋ ਲਾਈਨ ਦੀ, ਵੇਖ ਸਕਦੇ ਨੇ ਐਕ ਟਾਵਰ ਨਜ਼ਰ ਆ ਰਿਹਾ ਹੈ। ਇਸ ਪਿੰਡ ਦਾ ਨਾਂ ਹੈਗਾ ਹੈ ਸੁੰਦਰਪੁਰਾ, ਇਹ ਬਿਲਕੁਲ ਇੰਡੀਆ ਦਾ ਜਿਹੜਾ ਬਾਰਡਰ ਹੈਗਾ ਨਾ, ਜ਼ੀਰੋ ਲਾਈਨ ਹੈਗੀ ਹੈ, ਇੱਥੋਂ ਤਾਰ ਪਿੱਛੇ ਹਟਵੀਂ ਲਾਈ ਗਈ ਹੈ ਕਿਉਂਕਿ ਇਹ ਪਿੰਡ ਵਿੱਚ ਆਉਂਦਾ ਸੀ। ਇਹ ਪਿੰਡ ਬੜਾ ਪੁਰਾਣਾ ਹੈਗਾ ਹੈ, ਉਦੋਂ ਦਾ ਹੀ ਇੱਥੇ ਮੌਜੂਦ ਹੈਗਾ ਹੈ। ਅਗਰ ਤੁਸੀਂ ਸਾਈਡਾਂ ਤੋਂ ਵੇਖ ਸਕਦੇ ਨੇ ਇਸ ਪਿੰਡ ਨੂੰ ਕਵਰ ਕੀਤਾ ਗਿਆ, ਹਾਲਾਂਕਿ ਜ਼ੀਰੋ ਲਾਈਨ ਦੀ ਤਾਰ ਜਿਹੜੀ ਨਾ ਇਸ ਪਿੰਡ ਦੇ ਦਰਮਿਆਨ ਦੇ ਵਿੱਚੋਂ ਗੁਜ਼ਰਦੀ ਸੀ। ਵੇਖ ਸਕਦੇ ਨੇ ਸਾਈਡਾਂ ਤੋਂ ਪਿੱਛੇ ਤੱਕ ਵੇਖ ਸਕਦੇ ਨੇ ਤੁਸੀਂ, ਤੁਹਾਨੂੰ ਤਾਰ ਨਜ਼ਰ ਆ ਰਹੀ ਹੈ ਬੜੀ ਪਿੱਛੇ ਹਟਵੀਂ ਹੈਗੀ ਜਿਹੜੀ ਕਿ ਬਿਲਕੁਲ ਪਿੰਡ ਦੇ ਨਾਲੋਂ ਨਾਲੋਂ ਬਾਹਰਲੀ ਸਾਈਡ ਤੋਂ ਆ ਰਹੀ ਹੈ। ਇਹ ਸਫੈਦ ਕਲਰ ਦੀਆਂ ਜਿਹੜੀਆਂ ਤੁਹਾਨੂੰ ਵਿੱਚ ਬੁਰਜੀਆਂ ਨਜ਼ਰ ਆ ਰਹੀਆਂ ਨੇ, ਇਹ ਇੰਡੀਆ ਅਤੇ ਪਾਕਿਸਤਾਨ ਦੀ ਸਰਹੱਦ ਹੈਗੀ ਹੈ ਜਿਹੜੀ ਕਿ ਮੁਸ਼ਤਰਕਾ ਹੈਗੀ ਹੈ। ਇਸ ਤੋਂ ਅੱਗੇ ਨਹੀਂ ਅਸੀਂ ਜਾ ਸਕਦੇ, ਨਾ ਉਹ ਇੱਧਰ ਆ ਸਕਦੇ ਨੇ। ਵੇਖ ਸਕਦੇ ਨੇ ਸਾਹਮਣੇ ਇੱਕ ਛੋਟੀ ਜਿਹੀ ਚੈੱਕ ਪੋਸਟ ਵੀ ਹੈਗੀ ਹੈ, ਗੇਟ ਵੀ ਹੈਗਾ। ਇਹ ਬਿਲਕੁਲ ਪਿੰਡ ਹੈਗਾ, ਇਸ ਪਿੰਡ ਦਾ ਨਾਂ ਹੈ ਸੁੰਦਰਪੁਰਾ। ਅਗਰ ਕੋਈ ਦੋਸਤ ਸਾਡਾ ਵੀਡੀਓ ਵੇਖ ਰਿਹਾ ਸੁੰਦਰਪੁਰੇ ਪਿੰਡ ਦੇ ਵਿੱਚੋਂ, ਤਾਂ ਸਾਡੇ ਨਾਲ ਜ਼ਰੂਰ ਕਮੈਂਟਸ ਕਰ ਸੀ ਸਾਨੂੰ। ਅਤੇ ਇਹ ਵੇਖ ਸਕਦੇ ਨੇ ਇੰਡੀਆ ਦਾ ਫਲੈਗ ਅਤੇ ਗੇਟ ਨਜ਼ਰ ਆ ਰਿਹਾ ਬਿਲਕੁਲ, ਜਿਹੜਾ ਕਿ ਪਿੰਡ ਦੇ ਸਾਹਮਣੇ ਇੱਕ ਚੌਕੀ ਹੈਗੀ, ਉਹਨਾਂ ਦੀ ਚੈੱਕ ਪੋਸਟ ਹੈਗੀ ਹੈ, ਉੱਥੋਂ ਗੇਟ ਲਾਇਆ ਗਿਆ ਬਲੈਕ ਕਲਰ ਦਾ। ਲਓ ਨਾਜ਼ਰੀਨ, ਕਾਫੀ ਦੇਰ ਬਾਰਡਰ ਨੂੰ ਇੰਜੋਏ ਕਰਨ ਤੋਂ ਬਾਅਦ ਮਹਿਮਾਨਾਂ ਨੂੰ ਬਾਰਡਰ ਵਿਖਵਾ ਦਿੱਤਾ ਹੈ, ਅਤੇ ਹੁਣ ਜਿਹੜਾ ਚੱਲੇ ਹਾਂ ਅਸੀਂ ਵਾਪਸੀ ਨੂੰ। ਇਹ ਉਹ ਹੀ ਬੇਰੀ ਹੈਗੀ ਹੈ ਜਿੱਥੇ ਨੰਬਰਦਾਰ ਸਾਹਿਬ ਨੇ ਚਾਰ ਇੱਕ ਦੋੜੇ ਮਾਈਏ ਸੁਣਾਇਆ ਸੀ, ਜਿਵੇਂ ਕਿ ਤੁਸੀਂ ਵੇਖਿਆ ਹੋਣਾ ਪਹਿਲੇ ਵੀਡੀਓ ਦੇ ਵਿੱਚ। ਬਾਕੀ ਜਿਹੜਾ ਨਾ ਅੱਗੇ ਪਿੱਛੇ ਅਸੀਂ ਜ਼ਰੂਰ ਆਏ, ਇਸ ਕਰਕੇ ਕਿ ਜਿਹੜਾ ਨਾ ਧੂੜ ਜਿਹੜੀ ਪਿੱਛੇ ਉੱਡਦੀ ਹੈ ਨਾ, ਮੈਂ ਤਾਂ ਪਿਛਲੇ ਮੋਟਰਸਾਈਕਲ ਵਾਲੇ ਨੂੰ ਪੂਰ ਦਿੰਦੀ ਹੈ, ਇਸ ਕਰਕੇ ਜਿਹੜਾ ਨਾ ਉਹ ਅਸੀਂ ਇੱਕ ਦੂਸਰੇ ਦੇ ਮੋਟਰਸਾਈਕਲ ਅੱਗੇ ਰੱਖੇ ਹੋਏ ਨੇ। ਅਸੀਂ ਇਹ ਪਹੁੰਚ ਗਏ ਹਾਂ, ਭਾਈ ਹੋਰੀ ਮੇਰੇ ਨਾਲ ਹੈਗੇ ਸੀ, ਅਤੇ ਟਿੱਬੇ ਦੇ ਨੇ ਹਾਲਤ ਵੇਖ ਲਓ ਕੀ ਕਰ ਦਿੱਤੀ ਹੈ ਬੰਦਿਆਂ ਨੇ, ਇੱਧਰ ਵੇਖੋ ਨੀਰੀ ਮਿੱਟੀ। ਅਤੇ ਬਾਕੀ ਉਹ ਵੇਖ ਲਓ ਬਾਈ ਲਿਆਕਤ ਤੋਰੇ ਅਤੇ ਬਾਈ ਬਿਸ਼ਾਰਾ ਤੋਰੀ ਪਹੁੰਚ ਆਏ ਨੇ, ਇਹ ਖੜ੍ਹੇ ਨੇ, ਇਹ ਨਿਕਲ ਰਹੇ ਨੇ ਅੱਗੇ ਨੂੰ। ਅਤੇ ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਵਲੌਗ ਹੈ ਨਾ ਤੁਹਾਨੂੰ ਬੜਾ ਹੀ ਪਸੰਦ ਆਇਆ, ਅਸੀਂ ਇਹ ਸੁੰਦਰਪੁਰੇ ਪਿੰਡ ਵਾਲਾ। ਅਤੇ ਸਾਰੇ ਜਾ ਕੇ ਬਰਾ ਪਿਆਰ ਮੁਹੱਬਤ ਵਿਖਾਵੋ, ਸਪੋਰਟ ਕਰੋ, ਅੱਛੇ ਅੱਛੇ ਕਮੈਂਟਸ ਕਰੋ। ਨਾਜ਼ਰੀਨ ਵੇਖ ਸਕਦੇ ਨੇ ਮਿਹਨਤਾਂ ਹੋ ਰਹੀਆਂ ਨੇ ਤੁਹਾਡੇ ਵਾਸਤੇ, ਬਰਾ ਜਿਹੜੇ ਸਾਡੇ ਆਏ ਹੋਏ ਨੇ ਮਹਿਮਾਨ ਹੈ, ਵੇਖ ਲਓ ਕੀ ਹਾਲਤ ਹੋਈ ਹੋਈ ਹੈ ਉਹਨਾਂ ਦੀ ਸਾਰਿਆਂ ਦੀ। ਟਿੱਬੇ ਦੇ ਵਿੱਚੋਂ ਦੀ ਮੋਟਰਸਾਈਕਲ ਬੜੇ ਔਖੇ, ਚਾਚਾ ਬੜਾ ਖੁਸ਼ ਹੈਗਾ ਅੱਜ ਬਾਰਡਰ ਵੇਖ ਤੇ ਸੁੰਦਰਪੁਰੇ ਵਾਲਾ। ਬੇਹਤਰੀਨ ਮਾਹੌਲ ਤੇ ਬੜਾ ਜਿਹੜਾ ਨਾ ਅੱਜ ਦਾ ਵਲੌਗ ਚੱਲੇਗਾ ਇਨਸ਼ਾਅੱਲਾ। ਲਓ ਜੀ ਸਾਰੇ ਦੋਸਤਾਂ ਨੇ ਇੱਥੇ ਪੀਤਿਆ ਪਾਣੀ, ਬੜਾ ਠੰਡਾ ਹੈਗਾ, ਅਸੀਂ ਸਮਝ ਲਓ ਕਿ ਬਾਰਡਰ ਦੇ ਨਾਲ ਪੈਂਪ ਲੈਣ ਪਾ ਤੇ ਆਇਆ ਖੜਾ। ਇੱਥੇ ਕਿਸਾਨਾਂ ਨੇ ਵੇਖ ਸਕਦੇ ਪਿੱਛੇ ਨਰਮੇ ਦੀ ਫਸਲ ਖੜੀ ਹੈ, ਕਪਾਹ ਦੀ, ਤੇ ਸਾਰੇ ਇੱਥੇ ਮੂੰਹਾਂ ਦੋ ਰਹੇ ਨੇ। ਟਿੱਬੇ ਨੇ ਸਾਡੀ ਬੁਰੀ ਹਾਲਤ ਕਰ ਦਿੱਤੀ ਸੀ, ਤਕਰੀਬਨ ਜਿਹੜਾ ਨਾ ਅਸੀਂ ਸਾਰੇ ਮਿੱਟੀ ਨਾਲ ਭਰੀ ਗਿਆ ਸੀ, ਤੇ ਮੂੰਹ ਇੱਥੇ ਧੋਤਿਆ ਪਾਣੀ ਨਾਲ, ਤੇ ਹੁਣ ਜਿਹੜਾ ਨਾ ਪਾਣੀ ਸ਼ਾਣੀ ਪੀ ਤੇ ਬਾਈ ਲਿਆਕਤ ਤੋਰੀ ਤੇ ਅਸੀਂ ਸਾਰੇ ਨਿਕਲਣੇ ਹਾਂ ਅੱਗੇ ਨੂੰ। ਇੱਕ ਲਾਈਨ ਤੁਹਾਨੂੰ ਹੋਰ ਵਿਖਾ ਦਈਏ, ਇੱਥੇ ਬਾਰਡਰ ਦੇ ਨਾਲ ਜਿਹੜੀ ਪੈਂਪ ਲਾਈਨ ਪਾ ਰਹੇ ਨੇ, ਉਹ ਵੇਖ ਸਕਦੇ ਨੇ ਉਹ ਸਾਹਮਣੇ ਸਮਾਨ ਸੱਟਾ ਪਿਆ ਨਾਲਾਂ ਨੂਲਾਂ। ਇਹ ਵੇਖ ਲਓ ਨਾਲਾਂ ਨੂਲਾਂ ਸੱਟੀਆਂ ਪਈਆਂ ਨੇ, ਅੱਗੇ ਜਾ ਰਿਹਾ ਬਾਰਡਰ ਤੇ ਪੈਣ ਜਾ ਰਿਹਾ, ਉਹ ਵੇਖ ਲਓ ਗੱਡੀ ਵੀ ਆਈ ਖੜੀ ਹੈ, ਜਿਹੜਾ ਕਿ ਇੱਥੋਂ ਦਾ ਸ਼ਾਇਦ ਕਿਸਾਨ ਹੈਗਾ, ਮਾਲਕ ਹੈਗਾ, ਜਿਹੜਾ ਪੈਂਪ ਲੈਣ ਪਵਾ ਰਿਹਾ ਉਹ ਪਿੱਛੇ ਐਕਸੀਵੇਟਰ ਮਸ਼ੀਨ ਲੱਗੀ ਖੜੀ ਹੈ।
ਕਰੇਨ ਜਿਹਨੂੰ ਆਖਦੇ ਹੈ ਸਾਡੇ ਆਮ ਪੰਜਾਬੀ ਲਫ਼ਜ਼ਾਂ ਦੇ ਵਿੱਚ, ਅਤੇ ਬਾਕੀ ਸਾਰੇ ਜਿਹੜਾ ਨਾ ਪਾਣੀ ਛਾਣੀ ਪੀ ਲਿਆ ਨੇ। ਮੈਂ ਇਕੱਲਾ ਹੋ ਗਿਆ ਹਾਂ ਇਸ ਕਰਕੇ ਕਿ ਬਾਈ ਬਸ਼ਾਰਤ ਹੋਰੀ ਜਾ ਰਹੇ ਨੇ ਅੱਗੇ ਹੈਡ ਸੁਲੇਮਾਨ ਕਿਤੇ ਪਰੇਡ ਵੇਖਣ ਵਾਸਤੇ, ਉਹਨਾਂ ਨਾਲ ਜਿਹੜੇ ਮਹਿਮਾਨ ਹੈਗੇ ਸੀ ਉਹਨਾਂ ਨੇ ਵੀ ਕਿਹਾ ਵੀ ਕਿ ਜਿਹੜਾ ਨਾ ਤੂੰ ਵੀ ਚੱਲ ਨਾਲ, ਲੇਕਿਨ ਜਿਹੜਾ ਨਾ ਮੈਂ ਨਹੀਂ ਜਾ ਸਕਾਂ ਕਿਉਂਕਿ ਬਾਵਲ ਨਗਰ ਅਤੇ ਹੈਡ ਸੁਲੇਮਾਨ ਕੀ ਕਾਫ਼ੀ ਸਫ਼ਰ ਹੈਗਾ ਇਹ, ਅਤੇ ਫਿਰ ਜਿਹੜਾ ਨਾ ਤਕਰੀਬਨ ਹੈਡ ਸੁਲੇਮਾਨ ਕੀ ਤਾਂ ਬੰਦਾ ਸ਼ਾਮ ਨੂੰ ਜਿਹੜਾ ਨਾ ਬਾਹਰ ਆ ਸਕਦਾ, ਆ ਤਾਂ ਪਹਿਲੇ ਵੀ ਜਾਂਦਾ ਲੇਕਿਨ ਫਿਰ ਦੂਸਰੇ ਦੋਸਤ ਨਾਲ ਹੋਵੇ ਨਾ ਤਾਂ ਜਿਹੜਾ ਨਾ ਮੁਨਾਸਿਬ ਨਹੀਂ ਲੱਗਦਾ ਕਿ ਬੰਦਾ ਜਿਹੜਾ ਨਾ ਪਹਿਲੇ ਬਾਹਰ ਆਵੇ ਪਿਆ। ਉਹਦੀ ਵਜ੍ਹਾ ਨਾਲ ਜਿਹੜਾ ਨਾ ਮੈਂ ਇਸ ਟਾਈਮ ਵਾਪਸ ਜਾ ਰਿਹਾ ਹਾਂ ਸਾਦਕੀ ਨਹਿਰ ਦੇ ਉੱਤੇ ਖੜ੍ਹਾ ਹਾਂ। ਅਤੇ ਦੂਸਰੀ ਗੱਲ ਇਹ ਯਾਰ ਜਿਹੜੀ ਮੇਰੀ ਡਿਵਾਈਸ ਹੈਗੀ ਸੀ ਨਾ ਉਹ ਯਾਰ ਹੀ ਹੈਗੀ ਹੈ, ਡਿਵਾਈਸ ਮੇਰੀ ਜਿਹੜਾ ਰਹਿ ਗਈ ਹੈ ਜਿੱਥੇ ਸ਼ੱਕਰਗੜ੍ਹ ਵਾਲੀ ਸ਼ੱਕਰਗੜ੍ਹ ਕੇ ਪਤਾ ਨਹੀਂ ਕਿਹੜਾ ਪਿੰਡ ਹੈਗਾ ਸੀ ਅੱਗੇ ਬਾਰਡਰ 'ਤੇ ਜਿਹੜਾ ਅਸੀਂ ਕੱਲ੍ਹ ਵਿਖਾਇਆ ਤੁਹਾਨੂੰ, ਉੱਥੇ ਜਿੱਥੇ ਬਾਈ ਬਸ਼ਾਰਤ ਹੋਰੀ ਮੈਨੂੰ ਆਉਣ 'ਤੇ ਮਿਲੇ ਨੇ ਪਰ ਉਹ ਮਿੰਚਰਾਂ ਬਾਦੂ ਆਏ ਨੇ, ਉਹ ਵਾਲੀ ਜਗ੍ਹਾ 'ਤੇ ਮੈਂ ਰੱਖੀ ਸੀ ਡਿਵਾਈਸ ਉੱਤੇ ਕੀਕਰ ਦੇ ਰੱਖੀ ਸੀ ਕਿਉਂਕਿ ਜਿਹੜਾ ਨਾ ਉੱਥੇ ਸਰਵਿਸ ਠੀਕ ਆ ਰਹੀ ਸੀ, ਅਤੇ ਮੈਂ ਬਾਈ ਬਸ਼ਾਰਤ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿਹੜਾ ਨਾ ਉਹ ਆ ਜਾਂਦੇ ਨੇ ਅਤੇ ਫਿਰ ਅੱਗੇ ਨਿਕਲਣੇ ਹੈ। ਉਹ ਬਸ ਜਿਵੇਂ ਹੀ ਆਏ ਨੇ ਮੈਂ ਕੈਮਰਾ ਔਨ ਕਰ ਲਿਆ ਤਾਂ ਉਹਦੀ ਵਜ੍ਹਾ ਨਾਲ ਜਿਹੜਾ ਨਾ ਬਸ ਉਵੇਂ ਗੱਪਾਂ ਛੱਪਾਂ ਲਾਉਂਦੇ ਲਾਉਂਦੇ ਸਰ ਮੈਨੂੰ ਯਾਦ ਹੀ ਭੁੱਲ ਗਿਆ, ਅਤੇ ਆ ਹੁਣ ਤਕਰੀਬਨ ਮੈਨੂੰ 2 ਮਿੰਟ ਪਹਿਲੇ ਯਾਦ ਆਇਆ ਮੈਂ ਕਿਹਾ ਯਾਰ ਉਹ ਡਿਵਾਈਸ ਕਿਤੇ, ਫਿਰ ਸੋਚ ਰਿਹਾ ਸੀ ਮੈਂ ਕਿਤੇ ਰਸਤੇ 'ਚ ਮੇਰੇ ਕੋਲ ਡਿੱਗ ਪਈ ਹੈ, ਲੇਕਿਨ ਰਸਤੇ ਦੇ ਵਿੱਚ ਨਹੀਂ ਡਿੱਗੀ, ਮੈਨੂੰ ਤਕਰੀਬਨ ਯਾਦ ਆ ਗਿਆ ਇਹ ਡਿਵਾਈਸ ਮੇਰੀ ਉੱਥੇ ਕਿੱਕਰ 'ਤੇ ਰਹਿ ਗਈ ਹੈ, ਅਤੇ ਇੱਥੋਂ ਤਕਰੀਬਨ ਇੱਕ ਤੋਂ ਦੂਸਰੀ ਮੈਂ ਇਸ ਟਾਈਮ ਖੜ੍ਹਾ ਸੁਖਾਨੰਦ ਵਾਲੀ ਪੁਲ 'ਤੇ, ਇਹ ਪਿੱਛੇ ਥੋੜ੍ਹੀ ਦੂਰੀ 'ਤੇ ਸੁਖਾਨੰਦ ਵਾਲੀ ਪੁਲ ਹੈਗੀ ਹੈ, ਅਤੇ ਇੱਥੋਂ ਫਿਰ ਜਾਣਾ ਹਾਂ ਹੁਣ ਮੈਂ ਵਾਪਸੀ ਇਨਸ਼ਾਅੱਲਾ ਇੱਕ ਪੁਲ ਕ੍ਰਾਸ ਕਰਸਾਂ ਉਹਨੂੰ ਛੱਡ ਕੇ ਦੂਸਰੀ ਪੁਲ ਹੈਗੀ ਹੈ ਉਹ ਵਾਲੀ ਜਿੱਥੇ ਅਸੀਂ ਖੜ੍ਹੇ ਰਹੇ ਸੀ, ਉੱਥੇ ਜਾ ਕੇ ਵੇਖਣੇ ਹੈ ਮੇਰੀ ਡਿਵਾਈਸ ਪਈ ਹੈਗੀ ਹੈ ਜਾਂ ਨਹੀਂ ਪਈ ਹੈਗੀ। ਯਾਰ ਉਹ ਤਕਰੀਬਨ 6-7 ਹਜ਼ਾਰ ਰੁਪਏ ਦੀ ਇਸ ਟਾਈਮ ਆ ਰਹੀ ਹੈ, ਅਤੇ ਕੱਲ੍ਹ ਹੀ ਮੈਂ ਤਾਂ ਪੈਕੇਜ ਕਰਾਇਆ ਇਹ 580 ਰੁਪਏ ਦਾ ਅਤੇ ਹਫ਼ਤੇ ਵਾਲਾ, ਅਤੇ ਬਾਕੀ ਜਾ ਕੇ ਵੇਖਣੇ ਹੈ, ਉਮੀਦ ਹੈ ਕਿ ਸਾਨੂੰ ਜਿਹੜਾ ਨਾ ਮਿਲ ਜਾਣੀ ਹੈ, ਬਾਕੀ ਅੱਲਾ ਖੈਰ ਕਰ ਸੀ ਸਾਡੇ ਨਾਲ ਜੁੜੇ ਰਹੇ, ਚੱਲ ਤਾਂ ਵਿਖਾਉਂਦੇ ਹਾਂ ਤੁਹਾਨੂੰ ਸਾਨੂੰ ਮਿਲਦੀ ਹੈ ਕਿ ਨਹੀਂ ਮਿਲਦੀ ਹੈਗੀ ਡਿਵਾਈਸ। ਉਮੀਦ ਹੈ ਕਿ ਸਾਨੂੰ ਜਿਹੜਾ ਨਾ ਮਿਲ ਜਾਣੀ ਹੈ ਡਿਵਾਈਸ ਦੁਬਾਰਾ, ਅੱਲਾ ਖੈਰ ਕਰ ਸੀ 5-7 ਹਜ਼ਾਰ ਰੁਪਏ ਦੀ ਹੈਗੀ, ਨਹੀਂ ਤਾਂ ਇਹ ਵੀ ਨੁਕਸਾਨ ਹੁੰਦਾ ਇਹ। ਲਓ ਜੀ ਆ ਪਈ ਹੈਗੀ ਹੈ, ਮਿਲ ਗਈ ਹੈ, ਇਹ ਵੇਖ ਸਕਦੇ ਨੇ, ਮੈਨੂੰ ਤਾਂ ਉਮੀਦ ਨਹੀਂ ਸੀ ਲੇਕਿਨ ਜਿਹੜਾ ਨਾ ਮਿਲ ਗਈ ਹੈ ਡਿਵਾਈਸ, ਅਲਹਮਦੁਲਿਲਾ ਮਿਲ ਗਈ ਸੀ, ਮੈਨੂੰ ਉਮੀਦ ਨਹੀਂ ਸੀ ਲੇਕਿਨ ਅਲਹਮਦੁਲਿਲਾ ਮਿਲ ਗਈ ਹੈ ਡਿਵਾਈਸ ਮਿਲ ਗਈ ਹੈ। ਅਤੇ ਮੈਂ ਜਾ ਰਿਹਾ ਹੁਣ ਆਪਣੇ ਪਿੰਡ ਨੂੰ ਵਾਪਸੀ, ਵੇਖ ਸਕਦੇ ਨੇ ਸ਼ਾਮ ਦਾ ਵਿਊ ਹੈਗਾ ਹੈ, ਕਿਤਨਾ ਪਿਆਰਾ ਵਿਊ ਹੈਗਾ। ਅਤੇ ਉਮੀਦ ਕਰਨੇ ਹੈ ਕਿ ਅੱਜ ਦਾ ਜਿਹੜਾ ਵਲੋਗ ਹੈਗਾ ਬਾਰਡਰ ਦਾ ਤੁਹਾਨੂੰ ਬੜਾ ਹੀ ਪਸੰਦ ਆਇਆ ਸੀ, ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਵੋ, ਅਤੇ ਅੱਛੇ ਅੱਛੇ ਕਮੈਂਟਸ ਕਰਨੇ ਨੇ ਤੁਸੀਂ ਕਿ ਕਿੱਥੋਂ ਕਿੱਥੋਂ ਵੀਡੀਓ ਵੇਖ ਰਹੇ।